ਆ ਖੜੇ ਨੇ ਇਹਨਾਂ ਦੇ ਪਰਿਵਾਰ ਦੇ 7 ਮੈਂਬਰ ਕੈਂਸਰ ਨਾਲ ਗਏ ਹਰ ਘਰ ਖੜਕਾਇਆ ਅਸੀਂ ਹਰ ਦਰਵਾਜ਼ੇ ਦੇ ਵਿੱਚੋਂ ਬਾਹਰ ਨਿਕਲ ਕੇ ਬੰਦੇ ਨੇ ਦੱਸਿਆ ਸਾਡੇ ਘਰੇ 3 ਮਰੀਜ਼ ਸਾਡੇ ਘਰੇ 2 ਮਰੀਜ਼ ਸਾਡੇ ਘਰੇ 4 ਇਹਨਾਂ ਨਾਲ ਵੀ ਸੇਮ ਭਾਣਾ ਵਰਤਿਆ ਇਹਨਾਂ ਨਾਲ ਵਰਤਿਆ ਇਹਨਾਂ ਦੀ ਜ਼ਮੀਨ ਸੀ 8 ਕਿੱਲੇ 6 ਕਿੱਲੇ ਇਲਾਜ ਤੇ ਰਾਗਿਓਂ 2 ਕਿੱਲੇ ਬਚੇ ਨੇ ਤਾਂ ਤੁਸੀਂ ਸੋਚੋ ਕੈਂਸਰ ਕਿਸ ਕਦਰ ਹੈ ਸਾਡੇ ਤੇ ਜਦ ਕਿ ਸਾਡੀ ਇੱਕ ਟ੍ਰੇਨ ਵੀ ਜਾਂਦੀ ਹੈ ਤਰਾਂਗਾਲਾ ਔਰ ਇਹ ਪਿੰਡ ਇਹ ਤਹਿਸੀਲ ਹਬੋਰ ਹੈ ਡਿਸਟ੍ਰਿਕਟ ਫਾਜ਼ਿਲਕਾ ਹੈ ਜੇ ਨੈਸ਼ਨਲ ਵਾਲੇ ਜਾਗ ਤੇ ਤਾਂ ਸਾਡੀ ਸਰਕਾਰ ਨਹੀਂ ਜਾ ਸਕਦੀ ਜੋ ਪੰਜਾਬ ਦੀ ਹੈ ਸਾਡੇ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਹੋਰੀ ਇੱਥੇ ਨਾਲ ਦੇ 2 ਪਿੰਡ ਨੇ ਆ ਕੇ ਗਏ ਨੇ ਪਹਿਲਾਂ ਉਹਨਾਂ ਨੇ ਵੀ ਇਹਨਾਂ ਦਾ ਹਾਲ ਵੇਖਿਆ ਸੀਗਾ ਬੱਚਿਆਂ ਦਾ ਬਜ਼ੁਰਗਾਂ ਦਾ ਔਰਤਾਂ ਦਾ ਸੁਣੋ ਤਸਵੀਰਾਂ ਨਹੀਂ ਹੁੰਦੀਆਂ ਵਿਚਾਰੀਆਂ ਇੱਥੇ ਜੇ ਤੁਸੀਂ ਪੁੱਛੋਗੇ ਤਾਂ ਜ਼ਿਆਦਾਤਰ ਔਰਤਾਂ ਨੇ ਉਹਨਾਂ ਦੀ ਬੱਚੇਦਾਨੀ ਕਢਾਈ ਹੋਈ ਆ ਰਸੌਲੀ ਹੋ ਗਈ ਆ ਹਾਲ ਹੈ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਅੱਜ ਅਸੀਂ ਆਏ ਹਾਂ ਇੱਥੇ ਬੁਰਜ ਮੋਹਾਰ ਪਿੰਡ ਦੇ ਵਿੱਚ ਜਿਵੇਂ ਪਹਿਲਾਂ ਆਏ ਸੀ ਤਰਾਂਗਾ ਵਿੱਚ ਆ ਕੇ ਇਹਨਾਂ ਨੂੰ ਮਿਲ ਕੇ ਖੁਸ਼ੀ ਹੋਈ ਹੈ ਪਰ ਇਹਨਾਂ ਦੇ ਹਾਲ ਜਾਣ ਕੇ ਬਹੁਤ ਦੁਖੀ ਹੋਏ ਆ ਆ ਖੜੇ ਨੇ ਇਹਨਾਂ ਦੇ ਪਰਿਵਾਰ ਦੇ 7 ਮੈਂਬਰ ਕੈਂਸਰ ਨਾਲ ਗਏ ਨੇ 7 ਮੈਂਬਰ ਇੱਕ ਮੈਂਬਰ ਚਲਿਆ ਜਾਵੇ ਪੁਸ਼ਤਾਂ ਰੋਂਦੀਆਂ ਨੇ ਔਰ ਉਸ ਉਮਰ 'ਚ ਜਾਵੇ ਜਿਹੜੀ ਉਮਰ 'ਚ ਨਾ ਜਾਣਾ ਹੋਵੇ ਤੇ 7 ਗਏ ਹੁਣ ਸਾਡੇ ਨਾਲ ਤੁਰੇ ਫਿਰਦੇ ਨੇ ਤਕੜੇ ਨੇ ਸ਼ਾਬਾਸ਼ ਇਹਨਾਂ ਦੇ ਜਿਹੜੇ ਹਰ ਘਰ ਸਾਡੇ ਨਾਲ ਗਏ ਹਰ ਘਰ ਖੜਕਾਇਆ ਅਸੀਂ ਹਰ ਦਰਵਾਜ਼ੇ 'ਚ ਵਿੱਚੋਂ ਬਾਹਰ ਨਿਕਲ ਕੇ ਬੰਦੇ ਨੇ ਦੱਸਿਆ ਸਾਡੇ ਘਰੇ 3 ਮਰੀਜ਼ ਸਾਡੇ ਘਰੇ 2 ਮਰੀਜ਼ ਸਾਡੇ ਘਰੇ 4 ਮਰੀਜ਼ ਆ ਹਾਲ ਹੈ ਇਸ ਪਿੰਡ ਦਾ ਇਹਨਾਂ ਦੀ ਵਾਈਫ ਗੁਜ਼ਰ ਚੁੱਕੀ ਹੈ ਪਹਿਲਾਂ ਆਪਦੇ ਪੇਕੇ ਸਹੀ ਸੀ ਜਦੋਂ ਇੱਥੇ ਆ ਕੇ ਇੱਥੋਂ ਦਾ ਪਾਣੀ ਪੀਣ ਲੱਗੇ ਉਦੋਂ ਬਾਅਦ ਬਿਮਾਰ ਹੋਏ ਔਰ ਗੁਜ਼ਰ ਗਏ ਨੇ ਇਹਨਾਂ ਨਾਲ ਵੀ ਸੇਮ ਭਾਣਾ ਵਰਤਿਆ ਇਹਨਾਂ ਨਾਲ ਵਰਤਿਆ ਇਹਨਾਂ ਦੀ ਜ਼ਮੀਨ ਸੀ 8 ਕਿੱਲੇ 6 ਕਿੱਲੇ ਇਲਾਜ ਤੇ ਲਾਗਿਓਂ 2 ਕਿੱਲੇ ਬਚੇ ਨੇ ਤੇ ਆ ਇਕੱਲੇ ਖੜੇ ਨੇ ਪਿੱਛੇ ਇਹ ਕੀ ਹੋ ਰਿਹਾ ਕੀ ਆ ਹਾਲ ਹੈ ਸਾਡਾ ਸਾਡੇ ਪੰਜਾਬ ਚ ਕੱਲਾ ਸਾਡਾ ਮੇਰਾ ਡਿਸਟ੍ਰਿਕਟ ਆ ਫਰੀਦਕੋਟ ਅਮਨ ਚੰਦ ਬਾਦਿਆ ਜੀ ਨੇ ਦੱਸਿਆ 27,000 ਮਰੀਜ਼ ਕੱਲੇ ਫਰੀਦਕੋਟ ਹਸਪੀਟਲ ਚ ਐਟ ਅ ਟਾਈਮ ਨੇ ਤੇ 20 ਹਸਪੀਟਲ ਨੇ ਕੈਂਸਰ ਦੇ ਔਰ ਤੁਹਾਨੂੰ ਪਤਾ ਹੈ ਕੈਂਸਰ ਦੀ ਗੱਲ ਕਰਨਾ ਔਰ ਉਹਨੂੰ ਆਇਡੈਂਟੀਫਾਈ ਕਰ ਲੈਣਾ ਡਾਇਗਨੋਸ ਕਰ ਲੈਣਾ ਔਰ ਫਿਰ ਦੱਸਣਾ ਇਹ ਸਾਡੇ ਬੰਦੇ ਬਹੁਤ ਘੱਟ ਕਰਦੇ ਨੇ ਤਾਂ ਤੁਸੀਂ ਸੋਚੋ ਕੈਂਸਰ ਕਿਸ ਕਦਰ ਹੈ ਸਾਡੇ ਤੇ ਜਦ ਕਿ ਸਾਡੀ ਇੱਕ ਟ੍ਰੇਨ ਵੀ ਜਾਂਦੀ ਹੈ ਗੰਗਾਨਗਰ ਜਾਂਦੀ ਹੈ ਨਾ ਬੀਕਾਨੇਰ ਇੱਕ ਬੀਕਾਨੇਰ ਸਾਡੀ ਟ੍ਰੇਨ ਵੀ ਜਾਂਦੀ ਹੈ ਉਸ ਟ੍ਰੇਨ ਤੋਂ ਬਾਅਦ ਜਿਹੜੇ ਬਚਦੇ ਨੇ ਉਹ ਇੱਥੇ ਹਸਪੀਟਲਾਂ 'ਚ ਆਉਂਦੇ ਨੇ ਤਾਂ ਕੀ ਪੰਜਾਬ ਦਾ ਨਾਮ ਬਦਲ ਕੇ ਕੈਂਸਰ ਰੱਖ ਦਈਏ ਉਹਨਾਂ ਉਦੋਂ ਜਾਗੂਗੇ ਅਸੀਂ ਪਿਛਲੀ ਵਾਰੀ ਤਰਾਂਗ ਵਾਲੇ ਆਏ ਸੀ ਇਹਨਾਂ ਦੇ ਪਿੰਡ ਤਾਂ ਐਨਜੀਟੀ ਨੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਇਹਨਾਂ ਨੂੰ ਆਪਦੀ ਲਿਸਟਿੰਗ 'ਚ ਲਿਆ ਇਹਨਾਂ ਦੇ ਪਿੰਡ ਤਰਾਂਗ ਵਾਲੇ ਨੂੰ ਤਰਾਂਗ ਵਾਲਾ ਔਰ ਇਹ ਪਿੰਡ ਇਹ ਤਹਿਸੀਲ ਹਬੋਰ ਹੈ ਡਿਸਟ੍ਰਿਕਟ ਫਾਜ਼ਿਲਕਾ ਹੈ ਜੇ ਨੈਸ਼ਨਲ ਵਾਲੇ ਜਾਗ ਪੇ ਤਾਂ ਸਾਡੀ ਸਰਕਾਰ ਨਹੀਂ ਜਾ ਸਕਦੀ ਜੋ ਪੰਜਾਬ ਦੀ ਹੈ ਸਾਡੇ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਹੋਰੀ ਇੱਥੇ ਨਾਲ ਦੇ 2 ਪਿੰਡ ਨੇ ਆ ਕੇ ਗਏ ਨੇ ਪਹਿਲਾਂ ਉਹਨਾਂ ਨੇ ਵੀ ਇਹਨਾਂ ਦਾ ਹਾਲ ਵੇਖਿਆ ਸੀਗਾ ਬੱਚਿਆਂ ਦਾ ਬਜ਼ੁਰਗਾਂ ਦਾ ਔਰਤਾਂ ਦਾ ਔਰਤਾਂ ਦਾ ਸੁਣੋ ਤੁਸੀਂ ਦਸਤੀਆਂ ਨਹੀਂ ਹੁੰਦੀਆਂ ਵਿਚਾਰੀਆਂ ਇੱਥੇ ਜੇ ਤੁਸੀਂ ਪੁੱਛੋਗੇ ਤਾਂ ਜ਼ਿਆਦਾਤਰ ਔਰਤਾਂ ਨੇ ਉਹਨਾਂ ਦੀ ਬੱਚੇਦਾਨੀ ਕਢਾਈ ਹੋਈ ਆ ਰਸੌਲੀ ਹੋ ਗਈ ਉਹਦੇ 'ਚ ਆ ਹਾਲ ਹੈ ਕਿ ਅਸੀਂ ਇੱਥੇ ਬੁਲਾ ਕੇ ਮੈਡੀਕਲ ਟੀਮ ਨੂੰ ਬੁਲਾਈਏ ਕਿ ਉਹਨਾਂ ਤੋਂ ਚੈੱਕ ਕਰਾਈਏ ਸਰਵੇ ਕਰਾਈਏ ਪੁੱਛੀਏ ਕੀ ਬਿਮਾਰੀ ਹੈ ਔਰ ਕਿਉਂ ਬਿਮਾਰੀ ਹੈ ਔਰ ਇਹਦਾ ਇਲਾਜ ਕੀ ਹੈ ਕੀ ਯਾਰ ਇੰਨੀ ਛੋਟੀ ਜਿਹੀ ਬੁਨਿਆਦੀ ਚੀਜ਼ ਨਹੀਂ ਕਰ ਸਕਦੇ ਜੋ ਕੁਦਰਤ ਨੇ ਬਖਸ਼ੀਆਂ ਨੇਮਤਾਂ ਪਾਣੀ ਹਵਾ ਹੈ ਪਾਣੀ ਸਾਡਾ ਪਿਤਾ ਦੇ ਬਰਾਬਰ ਪਵਨ ਸਾਡਾ ਆਪਣਾ ਮਾਂ ਹੋ ਗਈ ਧਰਤ ਮਹਾ ਹੋ ਗਈ ਔਰ ਪਵਨ ਹੋ ਗਿਆ ਸਾਡਾ ਗੁਰੂ ਤੇ ਗੁਰੂ ਪਿਤਾ ਔਰ ਮਾਤਾ ਦਾ ਅਸੀਂ ਹਾਲ ਕੀ ਕੀਤਾ ਹੋਇਆ ਸਾਹ ਅਸੀਂ ਨਹੀਂ ਲੈ ਸਕਦੇ ਸ਼ੁੱਧ ਪਾਣੀ ਤਾਂ ਖੈਰ ਖੜਾ ਹੀ ਛੱਡੋ ਆ ਮੈਨੂੰ ਚੰਦਬਾਜਾ ਜੀ ਨੇ ਦੱਸਿਆ ਇੱਕ ਥਾਂ ਤੇ ਬਿਆਸ ਤੇ ਸਤਲੁਜ ਮਿਲਦੇ ਨੇ ਬਿਆਸ ਮੱਛੀਆਂ ਛਾਲਾਂ ਮਾਰਦੀਆਂ ਨੇ ਸਾਫ਼ ਹੈ ਪਾਣੀ ਤੇ ਨਾਲ ਸਤਲੁਜ ਇੰਨਾ ਕਾਲਾ ਚੜਿਆ ਪਿਆ ਇਹ ਬੋਤਲ ਭਰ ਕੇ ਲਿਆਏ ਸੀ ਔਰ ਉਹ ਜੋ ਗੰਦਗੀ ਥੱਲੇ ਬੈਠੀ ਨਹੀਂ ਉਵੇਂ ਹੀ ਹੈ ਕਿਉਂਕਿ ਉਹਦਾ ਭਾਰ ਹੀ ਉਹਨਾਂ ਜ਼ਿਆਦਾ ਹੈ ਕਾਲਾ ਪਾਣੀ ਪਾਪਾਂ ਛੱਡਣ ਵਾਲਾ ਜਿਹੜਾ ਅਸੀਂ ਬੁੱਢੇ ਦਰਿਆ ਤੇ ਖੜੇ ਸੀ ਨਾ ਔਰ ਕੱਲਾ ਬੁੱਢਾ ਦਰਿਆ ਨਹੀਂ ਜਲੰਧਰ ਵੱਲ ਵੀ ਇਹੀ ਹਾਲ ਹੈ ਹੁਸ਼ਿਆਰਪੁਰ ਵੱਲ ਵੀ ਇਹੀ ਹਾਲ ਹੈ ਉਹ ਸਾਰਾ ਜੋ ਨਹਿਰਾਂ ਬਣ ਕੇ ਫਿਰ ਅੱਗੇ ਮੌਤ ਖੁੱਲੇਆਮ ਸ਼ਰੇਆਮ ਡਿਸਟ੍ਰੀਬਿਊਟ ਹੋ ਰਹੀ ਹੈ ਮੇਰੀ ਗੁਜ਼ਾਰਿਸ਼ ਆ ਹੱਥ ਜੋੜ ਕੇ ਤੁਹਾਡੇ ਸਪੀਕਰ ਸਾਹਿਬ ਸਰਦਾਰ ਕੁਲਤਾਰ ਸਿੰਘ ਸੰਧਵਾਹਰੀ ਵੀ ਔਰ ਚੀਫ ਮਿਨਿਸਟਰ ਸਾਹਿਬ ਵੀ ਔਰ ਬਾਕੀ MLA ਵੀ ਘੁੰਮੇ ਨੇ ਲੋਕਾਂ ਦੇ ਦੁੱਖ ਦਰਦ ਵੇਖੇ ਨੇ ਇਸ ਇਨਵਾਇਰਮੈਂਟ ਦੋਖੀ ਨੇ ਜੋ ਦੁਨੀਆ ਸਾਰੀ ਜਾਂ ਕਹਿ ਲਓ ਅਸੀਂ ਸਾਰਾ ਕੁਝ ਕਰ ਚੁੱਕੇ ਹਾਂ ਇਹਨੂੰ ਸਹੀ ਕਰੋ ਪਲੀਜ਼ ਇਹਨਾਂ ਦੇ ਦੁੱਖਾਂ ਨੂੰ ਸਮਝੋ ਜੇ ਦੇਸ਼ ਵਾਲੇ ਦਿੱਲੀ ਵਾਲੇ ਜਾਗ ਸਕਦੇ ਨੇ ਤੁਸੀਂ ਤਾਂ ਸਾਡੇ ਨੇੜੇ ਬੈਠੇ ਹੋ ਤੁਹਾਨੂੰ ਅਸੀਂ ਚੁਣਿਆ
पुछो इन्हां तो आके। आई होप कि तुसी करोगे, थोड़ा एक काम है और मैनू उम्मीद है कि इस काम दे विच तुसी पहल करनी करोगे और इन्हां दे दुख दर्दां नू हरोगे। सत श्री अकाल। आ खड़े ने इन्हां दे परिवार दे 7 मेंबर कैंसर नाल गए। हर घर खड़काया असी, हर दरवाजे जो विचो बाहर निकल के बंदे ने दस्या साढ़े घरे 3 मरीज, साढ़े घरे 2 मरीज, साढ़े घरे 4 मरीज। इन्हां नाल भी सेम भाणा वरत्या, इन्हां नाल वरत्या। इन्हां दी जमीन सी 8 किले, 6 किले इलाज ते लग गए, 2 किले बचे। ਤੁਸੀਂ ਸੋਚੋ ਕੈਂਸਰ ਕਿਸ ਕਦਰ ਹੈ ਸਾਡੇ, ਤੇ ਜਦਕਿ ਸਾਡੀ ਇੱਕ ਟ੍ਰੇਨ ਵੀ ਜਾਂਦੀ ਹੈ ਤਰੰਗ ਵਾਲਾ। ਔਰ ਇਹ ਪਿੰਡ, ਇਹ ਤਹਿਸੀਲ ਹਬੋਰ ਹੈ, ਡਿਸਟ੍ਰਿਕਟ ਫਾਜ਼ਿਲਕਾ ਹੈ। ਜੇ ਨੈਸ਼ਨਲ ਵਾਲੇ ਜਾਗ ਪੇ ਤਾਂ ਸਾਡੀ ਸਰਕਾਰ ਨਹੀਂ ਜਾ ਸਕਦੀ ਜੋ ਪੰਜਾਬ ਦੀ ਹੈ। ਸਾਡੇ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਹੋਰੀ ਇੱਥੇ ਨਾਲ ਦੇ 2 ਪਿੰਡ ਨੇ ਆ ਕੇ ਗਏ ਨੇ ਪਹਿਲਾਂ, ਉਹਨਾਂ ਨੇ ਵੀ ਇਹਨਾਂ ਦਾ ਹਾਲ ਵੇਖਿਆ ਸੀਗਾ, ਬੱਚਿਆਂ ਦਾ, ਬਜ਼ੁਰਗਾਂ ਦਾ, ਔਰਤਾਂ ਦਾ। ਔਰਤਾਂ ਦਾ ਸੁਣੋ, ਦਸਤੀਆਂ ਨਹੀਂ ਹੁੰਦੀਆਂ ਵਿਚਾਰੀਆਂ। ਇੱਥੇ ਜੇ ਤੁਸੀਂ ਪੁੱਛੋਗੇ ਤਾਂ ਜ਼ਿਆਦਾਤਰ ਔਰਤਾਂ ਨੇ ਉਹਨਾਂ ਦੀ ਬੱਚੇਦਾਨੀ ਕਢਾਈ ਹੋਈ ਆ, ਰਸੌਲੀ ਹੋ ਗਈ ਆ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਅੱਜ ਅਸੀਂ ਆਏ ਹਾਂ ਇੱਥੇ ਬੁਰਜ ਮੋਹਾਰ ਪਿੰਡ ਦੇ ਵਿੱਚ, ਜਿਵੇਂ ਪਹਿਲਾਂ ਆਏ ਸੀ ਤਰਾਂਗਾ ਵਿੱਚ। ਆ ਕੇ ਇਹਨਾਂ ਨੂੰ ਮਿਲ ਕੇ ਖੁਸ਼ੀ ਹੋਈ ਹੈ, ਬਟ ਇਹਨਾਂ ਦੇ ਹਾਲ ਜਾਣ ਕੇ ਬਹੁਤ ਦੁਖੀ ਹੋਏ ਆ। ਆ ਖੜੇ ਨੇ ਇਹਨਾਂ ਦੇ ਪਰਿਵਾਰ ਦੇ 7 ਮੈਂਬਰ ਕੈਂਸਰ ਨਾਲ ਗਏ ਨੇ। 7 ਮੈਂਬਰ, ਇੱਕ ਮੈਂਬਰ ਚਲਿਆ ਜਾਵੇ, ਪੁਸ਼ਤਾਂ ਰੋਂਦੀਆਂ ਨੇ, ਔਰ ਉਸ ਉਮਰ ਚ ਜਾਵੇ ਜਿਹੜੀ ਉਮਰ ਚ ਨਾ ਜਾਣਾ ਹੋਵੇ, ਤੇ 7 ਗਏ ਹੋਣ ਸਾਡੇ ਨਾਲ ਤੁਰੇ ਫਿਰਦੇ ਨੇ, ਤਕੜੇ ਨੇ। ਸ਼ਾਬਾਸ਼ ਇਹਨਾਂ ਦੇ ਜਿਹੜੇ ਹਰ ਘਰ ਸਾਡੇ ਨਾਲ ਗਏ, ਹਰ ਘਰ ਖੜਕਾਇਆ ਅਸੀਂ, ਹਰ ਦਰਵਾਜ਼ੇ ਚ ਵਿੱਚੋਂ ਬਾਹਰ ਨਿਕਲ ਕੇ ਬੰਦੇ ਨੇ ਦੱਸਿਆ ਸਾਡੇ ਘਰੇ 3 ਮਰੀਜ਼, ਸਾਡੇ ਘਰੇ 2 ਮਰੀਜ਼, ਸਾਡੇ ਘਰੇ 4 ਮਰੀਜ਼। ਆਹ ਹਾਲ ਹੈ ਇਸ ਪਿੰਡ ਦਾ। ਇਹਨਾਂ ਦੀ ਵਾਈਫ ਗੁਜ਼ਰ ਚੁੱਕੀ ਹੈ, ਪਹਿਲਾਂ ਆਪਦੇ ਪੇਕੇ ਸਹੀ ਸੀ, ਜਦੋਂ ਇੱਥੇ ਆ ਕੇ ਇੱਥੋਂ ਦਾ ਪਾਣੀ ਪੀਣ ਲੱਗੇ ਉਦੋਂ ਬਾਅਦ ਬਿਮਾਰ ਹੋਏ ਔਰ ਗੁਜ਼ਰ ਗਏ ਨੇ। ਇਹਨਾਂ ਨਾਲ ਵੀ ਸੇਮ ਭਾਣਾ ਵਰਤਿਆ, ਇਹਨਾਂ ਨਾਲ ਵਰਤਿਆ। ਇਹਨਾਂ ਦੀ ਜ਼ਮੀਨ ਸੀ 8 ਕਿੱਲੇ, 6 ਕਿੱਲੇ ਇਲਾਜ ਤੇ ਲੱਗ ਗਏ, ਹੁਣ 2 ਕਿੱਲੇ ਬਚੇ ਨੇ, ਤੇ ਆਪ ਆ ਇਕੱਲੇ ਖੜੇ ਨੇ ਪਿੱਛੇ। ਇਹ ਕੀ ਹੋ ਰਿਹਾ, ਕੀ ਆਹ ਹਾਲ ਹੈ ਸਾਡਾ, ਸਾਡੇ ਪੰਜਾਬ ਚ? ਕੱਲਾ ਸਾਡਾ ਮੇਰਾ ਡਿਸਟ੍ਰਿਕਟ ਹੈ ਫਰੀਦਕੋਟ, ਅਮਨ ਚੰਦ ਬਾਦਿਆ ਜੀ ਨੇ ਦੱਸਿਆ 27,000 ਮਰੀਜ਼ ਇਕੱਲੇ ਫਰੀਦਕੋਟ ਹਸਪੀਟਲ ਚ ਐਟ ਅ ਟਾਈਮ ਨੇ, ਤੇ 20 ਹਸਪੀਟਲ ਨੇ ਕੈਂਸਰ ਦੇ। ਔਰ ਤੁਹਾਨੂੰ ਪਤਾ ਹੈ ਕੈਂਸਰ ਦੀ ਗੱਲ ਕਰਨਾ ਔਰ ਉਹਨੂੰ ਆਇਡੈਂਟੀਫਾਈ ਕਰ ਲੈਣਾ, ਡਾਇਗਨੋਸ ਕਰ ਲੈਣਾ ਔਰ ਫਿਰ ਦੱਸਣਾ, ਇਹ ਸਾਡੇ ਬੰਦੇ ਬਹੁਤ ਘੱਟ ਕਰਦੇ ਨੇ। ਤਾਂ ਤੁਸੀਂ ਸੋਚੋ ਕੈਂਸਰ ਕਿਸ ਕਦਰ ਹੈ ਸਾਡੇ, ਤੇ ਜਦਕਿ ਸਾਡੀ ਇੱਕ ਟ੍ਰੇਨ ਵੀ ਜਾਂਦੀ ਹੈ, ਗੰਗਾਨਗਰ ਜਾਂਦੀ ਹੈ ਨਾ, ਬੀਕਾਨੇਰ, ਇੱਕ ਬੀਕਾਨੇਰ ਸਾਡੀ ਟ੍ਰੇਨ ਵੀ ਜਾਂਦੀ ਹੈ, ਉਸ ਟ੍ਰੇਨ ਤੋਂ ਬਾਅਦ ਜਿਹੜੇ ਬਚਦੇ ਨੇ ਉਹ ਇੱਥੇ ਹਸਪੀਟਲਾਂ ਚ ਆਉਂਦੇ ਨੇ। ਤਾਂ ਕੀ ਪੰਜਾਬ ਦਾ ਨਾਂ ਬਦਲ ਕੇ ਕੈਂਸਰ ਰੱਖ ਦਈਏ? ਹੁਣ ਉਦੋਂ ਜਾਗੂਗੇ। ਅਸੀਂ ਪਿਛਲੀ ਵਾਰੀ ਤਰੰਗ ਵਾਲੇ ਆਏ ਸੀ ਇਹਨਾਂ ਦੇ ਪਿੰਡ, ਤਾਂ ਐਨਜੀਟੀ ਨੇ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਇਹਨਾਂ ਨੂੰ ਆਪਦੀ ਲਿਸਟਿੰਗ ਚ ਲਿਆ, ਇਹਨਾਂ ਦੇ ਪਿੰਡ ਤਰੰਗ ਵਾਲੇ ਨੂੰ, ਤਰੰਗ ਵਾਲਾ। ਔਰ ਇਹ ਪਿੰਡ, ਇਹ ਤਹਿਸੀਲ ਹਬੋਰ ਹੈ, ਡਿਸਟ੍ਰਿਕਟ ਫਾਜ਼ਿਲਕਾ ਹੈ। ਜੇ ਨੈਸ਼ਨਲ ਵਾਲੇ ਜਾਗ ਪੇ ਤਾਂ ਸਾਡੀ ਸਰਕਾਰ ਨਹੀਂ ਜਾ ਸਕਦੀ ਜੋ ਪੰਜਾਬ ਦੀ ਹੈ। ਸਾਡੇ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਹੋਰੀ ਇੱਥੇ ਨਾਲ ਦੇ 2 ਪਿੰਡ ਨੇ ਆ ਕੇ ਗਏ ਨੇ ਪਹਿਲਾਂ, ਉਹਨਾਂ ਨੇ ਵੀ ਇਹਨਾਂ ਦਾ ਹਾਲ ਵੇਖਿਆ ਸੀਗਾ, ਬੱਚਿਆਂ ਦਾ, ਬਜ਼ੁਰਗਾਂ ਦਾ, ਔਰਤਾਂ ਦਾ। ਔਰਤਾਂ ਦਾ ਸੁਣੋ, ਤੁਸੀਂ ਦਸਤੀਆਂ ਨਹੀਂ ਹੁੰਦੀਆਂ ਵਿਚਾਰੀਆਂ। ਇੱਥੇ ਜੇ ਤੁਸੀਂ ਪੁੱਛੋਗੇ ਤਾਂ ਜ਼ਿਆਦਾਤਰ ਔਰਤਾਂ ਨੇ ਉਹਨਾਂ ਦੀ ਬੱਚੇਦਾਨੀ ਕਢਾਈ ਹੋਈ ਆ, ਰਸੌਲੀ ਹੋ ਗਈ ਉਹਦੇ ਚ। ਆਹ ਹਾਲ ਹੈ ਕਿ ਅਸੀਂ ਇੱਥੇ ਬੁਲਾ ਕੇ ਮੈਡੀਕਲ ਟੀਮ ਨੂੰ ਬੁਲਾਈਏ, ਕਿ ਉਹਨਾਂ ਤੋਂ ਚੈੱਕ ਕਰਾਈਏ, ਸਰਵੇ ਕਰਾਈਏ, ਪੁੱਛੀਏ ਕੀ ਬਿਮਾਰੀ ਹੈ ਔਰ ਕਿਉਂ ਬਿਮਾਰੀ ਹੈ ਔਰ ਇਹਦਾ ਇਲਾਜ ਕੀ ਹੈ। ਕੀ ਯਾਰ, ਇੰਨੀ ਛੋਟੀ ਜਿਹੀ ਬੁਨਿਆਦੀ ਚੀਜ਼ ਨਹੀਂ ਕਰ ਸਕਦੇ ਜੋ ਕੁਦਰਤ ਨੇ ਬਖਸ਼ੀਆਂ ਨੇਮਤਾਂ? ਪਾਣੀ, ਹਵਾ, ਹੈਂ, ਪਾਣੀ ਸਾਡਾ ਪਿਤਾ ਦੇ ਬਰਾਬਰ, ਪਵਨ ਸਾਡਾ ਆਪਣਾ ਮਾਂ ਹੋ ਗਈ, ਧਰਤ ਮਹਾ ਹੋ ਗਈ, ਔਰ ਪਵਨ ਹੋ ਗਿਆ ਸਾਡਾ ਗੁਰੂ। ਤੇ ਗੁਰੂ ਪਿਤਾ ਔਰ ਮਾਤਾ ਦਾ ਅਸੀਂ ਹਾਲ ਕੀ ਕੀਤਾ ਹੋਇਆ? ਸਾਹ ਅਸੀਂ ਨਹੀਂ ਲੈ ਸਕਦੇ ਸ਼ੁੱਧ, ਪਾਣੀ ਤਾਂ ਖੈਰ ਖੜਾ ਹੀ ਛੱਡੋ। ਮੈਨੂੰ ਚੰਦ ਬਾਦਿਆ ਜੀ ਨੇ ਦੱਸਿਆ ਇੱਥਾਂ ਦੇ ਬਿਆਸ ਤੇ ਸਤਲੁਜ ਮਿਲਦੇ ਨੇ, ਬਿਆਸ ਮੱਛੀਆਂ ਛਾਲਾਂ ਮਾਰਦੀਆਂ ਨੇ, ਸਾਫ਼ ਹੈ ਪਾਣੀ, ਤੇ ਨਾਲ ਸਤਲੁਜ ਇੰਨਾ ਇੰਨਾ ਕਾਲਾ ਚੜਿਆ ਪਿਆ। ਇਹ ਬੋਤਲ ਭਰ ਕੇ ਲਿਆਏ ਸੀ ਔਰ ਉਹ ਜੋ ਗੰਦਗੀ ਥੱਲੇ ਬੈਠੀ ਨੀ ਉਵੇਂ ਹੀ ਹੈ, ਕਿਉਂਕਿ ਉਹਦਾ ਭਾਰ ਹੀ ਓਨਾ ਜ਼ਿਆਦਾ ਹੈ। ਕਾਲਾ ਪਾਣੀ ਭਾਫਾਂ ਛੱਡਣ ਵਾਲਾ, ਜਿਹੜਾ ਅਸੀਂ ਬੁੱਢੇ ਦਰਿਆ ਤੇ ਖੜੇ ਸੀ ਨਾ, ਔਰ ਕੱਲਾ ਬੁੱਢਾ ਦਰਿਆ ਨੀ, ਜਲੰਧਰ ਵੱਲ ਵੀ ਇਹੀ ਹਾਲ ਹੈ, ਹੁਸ਼ਿਆਰਪੁਰ ਵੱਲ ਵੀ ਇਹੀ ਹਾਲ ਹੈ, ਉਹ ਸਾਰਾ ਜੋ ਨਹਿਰਾਂ ਬਣ ਕੇ ਫਿਰ ਅੱਗੇ ਮੌਤ ਖੁੱਲੇਆਮ ਸ਼ਰੇਆਮ ਡਿਸਟ੍ਰੀਬਿਊਟ ਹੋ ਰਹੀ ਹੈ।
मेरी गुजारिश है हाथ जोड़ के थोड़े स्पीकर साहब सरदार कुलतार सिंह संधवा हरी भी और चीफ मिनिस्टर साहब भी और बाकी एमएलए भी घूमे ने लोगों के दुख दर्द वेखे ने इस इनवायरमेंट दोखी ने जो दुनिया सारी जा कह लो असी सारा कुछ कर चुके हैं इनू सही करो प्लीज इन्हां दे दुखां नू समझो जे देश वाले दिल्ली वाले जाग सकते ने तुसीं तां साडे नेड़े बैठे हो तुहानू असी चुनिया पुछो इन्हां तों आके आई होप कि तुसीं करोगे थोड़ा एक काम है और मैनू उम्मीद है कि इस काम दे विच तुसीं पहल करनी करोगे और इन्हां दे दुख दर्दां नू हरोगे। सत श्री अकाल।